ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਦਲਮੇ ਛੋਲੇ ਬਣਾਉਣੇ ਆ। ਇਹਨਾਂ ਦੇ ਵਿੱਚ ਮੈਂ ਜ਼ਕੀਨੀ ਪਾਉਂਗੀ, ਇਹਨੂੰ ਮੈਂ ਮਤਲਬ ਅਲੱਗ ਬੋਇਲ ਕਰੂੰਗੀ। ਆਪਾਂ ਇਹਦੇ ਵਿੱਚ ਦਲਮੇ ਛੋਲੇ ਪਾ ਦਿੰਨੇ ਆ ਕੁੱਕਰ ਦੇ ਵਿੱਚ, ਤੇ ਆਪਾਂ ਹੁਣ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ, ਥੋੜੀ ਜਿਹੀ ਆਪਾਂ ਲਾਲ ਮਿਰਚ ਪਾ ਦਿੰਨੇ ਆ, ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ। ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ 2 ਸੀਟੀਆਂ ਲਵਾਉਂਦੇ ਹਾਂ। ਹੁਣ ਆਪਾਂ ਗੈਸ ਚਲਾ ਕੇ ਕੁੱਕਰ ਬੰਦ ਕਰਕੇ ਰੱਖ ਦਿੱਤਾ ਵਾ। ਹੁਣ ਆਪਾਂ ਇਹਨੂੰ 2-3 ਵਿਸਲ ਲਵਾਵਾਂਗੇ, ਫਿਰ ਆਪਾਂ ਤੜਕਾ ਲਾਉਂਦੇ ਹਾਂ। ਇੱਧਰ ਗੈਸ 'ਤੇ ਆਪਾਂ ਇਹਨੂੰ ਜ਼ਕੀਨੀ ਨੂੰ ਉਬਾਲ ਲੈਂਦੇ ਹਾਂ। ਇਹਨੂੰ ਆਪਾਂ ਬਹੁਤਾ ਨਹੀਂ ਬੋਇਲ ਕਰਨਾ ਹੈਗਾ, ਸਿਰਫ 5-7 ਮਿੰਟ ਹੀ ਬੋਇਲ ਕਰਾਂਗੇ। ਨਮਕ ਥੋੜ੍ਹਾ ਜਿਹਾ ਪਾ ਦਿੰਦੇ ਹਾਂ, ਜੇ ਬੋਇਲ ਹੋ ਜਾਵੇ ਫਿਰ ਆਪਾਂ ਤੜਕਾ ਲਾਉਂਦੇ ਹਾਂ ਦਾਲ ਨੂੰ। ਓਇਲ ਆਪਣਾ ਗਰਮ ਹੋ ਗਿਆ ਆ, ਹੁਣ ਆਪਾਂ ਜੀਰਾ ਪਾ ਦਿੰਦੇ ਥੋੜ੍ਹਾ ਜਿਹਾ। ਹੁਣ ਆਪਾਂ ਅਦਰਕ ਲਸਣ ਮਿਰਚ ਇਹਨੂੰ ਮੈਂ ਕੁੰਡੀ ਵਿੱਚ ਕੁੱਟੇ ਇਹਨੂੰ ਉੱਪਰ ਪਾ ਲੈਂਦੇ ਹਾਂ। ਪਿਆਜ ਆਪਣੇ ਫਰਾਈ ਹੋ ਗਿਆ, ਹੁਣ ਆਪਾਂ ਟਮਾਟਰ ਪਾਉਂਦੇ ਹਾਂ, ਅਤੇ ਨਾਲ ਇਹ ਜਿਹੜਾ ਆਪਾਂ ਚਿਕਨੀ ਫਰਾਈ ਵਾਲੀ ਸੀਗੀ ਇਹ ਹੁਣ ਆਪਾਂ ਇਹਦੇ ਵਿੱਚ ਫਰਾਈ ਕਰ ਲਈਏ। ਧਨੀਆ ਪਾਊਡਰ ਕਰਨਾ ਆਪਾਂ ਥੋੜ੍ਹਾ ਜਿਹਾ, ਥੋੜ੍ਹਾ ਜੀਰਾ ਪਾਊਡਰ, ਥੋੜ੍ਹੀ ਜਿਹੀ ਆਪਾਂ ਲਾਲ ਮਿਰਚ ਪਾ ਦਿੰਦੇ ਹਾਂ। ਧਨੀਆ ਪਾਊਡਰ ਆ, ਮਤਲਬ ਇੱਕ ਕੁੱਟਿਆ ਹੋਇਆ ਧਨੀਆ ਆ।
2 मिनट आप रहने दें, फिर आप धनिया पावे, फिर प्लेटिंग करते हैं। दाल में छोलियां की दाल अपनी बन के तैयार है। हम आप धनिया पा दें, गैस कर दें बंद, हम आप प्लेटिंग करते हैं। दाल में छोलियां की दाल बन के अपने तैयार है। आप घीए की जगह जकीनी पाई है, ओनू बॉयल करके पाया है। हुण बह के आप रोटी खाने। तुहानू मेरी वीडियो वधिया लगती है तो इहनू लाइक करो, शेयर करो, सबसक्राइब करो और कमेंट भी जरूर करिया करो।